ਵੇਖ ਕੇ ਮੈਂ ਪਰਮਾਤਮਾ ਜਿੱਥੇ ਮੈਨੂੰ ਜਨਮ ਦਿੱਤਾ ਅਤੇ ਕਦੇ ਕਰਮ ਵੀ ਦੇਣਾ। ਇਸ ਗੀਤ ਨੂੰ ਵੀਰ ਜੀ ਮੇਰੇ ਵੀਰ ਜੀ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਪਿਆਰ ਤੋਂ ਸਤਿਕਾਰ ਕਰੋ। ਮੈਨੂੰ ਪੂਰੀਆਂ ਉਮੀਦਾਂ ਨੇ ਤੁਹਾਡੇ ਤੱਕ ਮੇਰੇ ਘਰ ਦੇ ਹਾਲਾਤਾਂ ਨਾਲ ਵੇਖ ਕੇ ਤੁਸੀਂ ਮੇਰੀ ਮਦਦ ਕਰ ਸਕੋਗੇ। ਕੀ ਲੱਗਦਾ ਤੁਸੀਂ ਇਹਨਾਂ ਦੇ ਘਰ ਦੇ? ਹਾਂ, ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿ ਰਹੇ ਵਾਹਿਗੁਰੂ ਦੀ ਕਰਤਾ, ਵਾਹਿਗੁਰੂ ਦੀ ਫਤਿਹ। ਮੈਂ ਵੀ ਇੰਨੀ ਗਾ, ਮੇਰਾ ਘਰ ਵਾਲਾ ਵੀ ਇੰਨੀ, ਇਹਦਾ ਗਾਉਣ ਦਾ ਵੀ ਸ਼ੌਂਕ ਸੀ ਇਹਨੂੰ, ਅਤੇ ਉਹ ਵੀ ਦੂਰਾ ਰਹਿ ਗਿਆ, ਅਤੇ ਮੈਂ ਘਰ ਦਾ ਕੰਮ ਕਰ ਸਕਦੀ ਹਾਂ, ਬਾਹਰ ਦਾ ਉਂਝ ਨਹੀਂ ਮੇਰੇ ਤੋਂ ਹੁੰਦਾ, ਅਤੇ ਇਹ ਗਰੀਬੀ ਦੇ ਤਾਂ ਦੇ ਅਸੀਂ ਫਿਰਨੇ ਹਾਂ, ਅਤੇ ਇੰਨਾ ਕਹਿੰਦੇ ਆ ਜਿਹੜੇ ਬਾਹਰ ਪੜ੍ਹਦੇ ਨੇ ਉਹ ਤੁਹਾਡੀ ਮਦਦ ਕਰਨ, ਅਤੇ ਇਹਦਾ ਜਿਹੜਾ ਗਾਣਾ ਇਹਦਾ ਚੌਂਕ ਏ ਉਹ ਪੂਰਾ ਕਰਨ। ਸ੍ਰੀ ਵਾਹਿਗੁਰੂ ਜੀ ਫਤਿਹ। ਮੈਂ ਵੀਰ ਜੀ ਆਪਣੇ ਘਰ ਦਾ ਜੋ ਗਰੀਬੀ ਲੈ ਕੇ ਹਾਜ਼ਰ ਤੁਹਾਡੇ ਹੱਥ ਚਰਨਾਂ ਦੇ ਵਿੱਚ, ਮੇਰੇ ਸ਼ੌਂਕ ਸੀ ਜਿਹੜੇ ਗਾਉਣ ਦੇ ਉਹ ਵਿੱਚੇ ਅਧੂਰੇ ਰਹਿ ਗਏ ਨੇ, ਕਿ ਮੇਰਾ ਜਿਹੜਾ ਗੀਤ ਹੈ 2015 ਦੇ ਵਿੱਚ ਗੀਤ ਕੀਤਾ ਸੀ, ਮੈਂ ਐਂਬੂਲੈਂਸ, ਜਸ਼ਨਪ੍ਰੀਤ ਮੇਰਾ ਨਾਮ ਆ ਜੀ, ਗੀਤ ਮੇਰਾ ਐਂਬੂਲੈਂਸ ਆ। ਮੈਨੂੰ ਘਰ ਦੀ ਗਰੀਬੀ ਨੇ ਇੰਨਾ ਦੱਬਿਆ ਹੋਇਆ ਕਿ ਮੈਂ ਬਹੁਤ ਜ਼ਿਆਦਾ ਕੁਛ ਦੱਸ ਨਹੀਂ ਸਕਦਾ। ਕਦੇ ਮੈਂ ਆਪਣੇ ਆਪ ਨੂੰ ਰੋਨਾ ਆ, ਕਦੇ ਕਹਿੰਦਾ ਕਿ ਪਰਮਾਤਮਾ ਜਿੱਥੋਂ ਮੈਨੂੰ ਜਨਮ ਦਿੱਤਾ ਅਤੇ ਕਦੇ ਕਰਮ ਵੀ ਦੇ ਦਿੰਦਾ। ਇਸ ਗੀਤ ਨੂੰ ਵੀਰ ਜੀ ਮੇਰੇ ਵੀਰ ਜੀ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਪਿਆਰ ਦਿਉ ਅਤੇ ਸਤਿਕਾਰ ਕਰੋ। ਮੈਨੂੰ ਪੂਰੀਆਂ ਉਮੀਦਾਂ ਨੇ ਤੁਹਾਡੇ ਤੱਕ ਮੇਰੇ ਘਰ ਦੇ ਹਾਲਾਤਾਂ ਦਾ ਵੇਖ ਕੇ ਤੁਸੀਂ ਕਿ ਮੇਰੀ ਮਦਦ ਕਰ ਸਕੋਗੇ, ਮੇਰੀ ਬਾਂਹ ਫੜੋਗੇ ਗਰੀਬ ਦੀ। ਮੈਨੂੰ ਪੂਰੀ ਉਮੀਦ ਆ ਵੀਰ ਜੀ, ਜਿੰਨੇ ਵੀ ਵੀਰੇ ਮੇਰੇ ਬਾਹਰ ਬੈਠੇ ਨੇ, ਉਹ ਪੰਜਾਬ ਦੇ ਵਿੱਚ ਵਾਸੀ ਬੈਠੇ ਨੇ, ਮੈਂ ਬਹੁਤ ਬਹੁਤ ਧੰਨਵਾਦ ਤੇ ਦਿਲੋਂ ਸ਼ੁਕਰਗੁਜ਼ਾਰ ਕਰਦਾ ਜੀ। ਅਸੀਂ ਦੋਨੇ ਜੀ ਹੈਂਡੀਕੈਪ, ਮੇਰਾ ਇੱਕ ਬੇਟਾ ਹੈਂਡੀਕੈਪ ਆ ਜੀ, ਸਾਡੇ ਬਾਰੇ ਕੁਛ ਸੋਚਿਆ ਜਾਵੇ। ਮੇਰੇ ਗੀਤ ਜਿਹੜੇ ਹੁਣ ਵੀ ਆਉਣਗੇ ਇਸ ਤੋਂ ਵਧੀਆ ਵਧੀਆ ਲੋਕ ਤੱਥ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ, ਜੇ ਤੁਹਾਡਾ ਮੇਰੇ 'ਤੇ ਸਿਰ 'ਤੇ ਹੱਥ ਹੋਵੇ ਵੀਰਾਂ ਦਾ, ਭੈਣਾਂ ਦਾ ਔਰ ਬਜ਼ੁਰਗਾਂ ਦਾ, ਮੇਰੇ ਵੀਰ ਸਾਰੇ ਭਰਾਵਾਂ ਦਾ। ਮੈਂ ਇੰਨੇ ਜੀ ਕਹਿੰਦਾ ਹੋਇਆ, ਜੈ ਭੀਮ, ਜੈ ਭਾਰਤ, ਜੈ ਹਿੰਦ। ਗੱਲ ਕਰਾਂਗੇ ਪੰਜਾਬੀ ਵਿਰਸੇ ਦੀ। ਸਕੂਲਾਂ ਦੇ ਵਿੱਚ ਫੱਟੀਆਂ ਹੁੰਦੀਆਂ ਸੀ, ਦਵਾਤਾਂ ਹੁੰਦੀਆਂ ਸੀ, ਕਾਨੇ ਦੀ ਕਲਮ ਹੁੰਦੀ ਸੀ, ਸਭ ਸਮਾਪਤੀ ਕਰਤਾ। ਹੁਣ ਤਾਂ ਚੱਲ ਵੀ ਅੰਗਰੇਜ਼ੀ। ਕੱਲੀ ਕੱਲੀ ਗੱਲ ਸੁਣੀ ਸਾਡੇ ਪੰਜਾਬੀ ਵਿਰਸਾ, ਪਰ ਇਹਦਾ ਪਾਪਾ ਜੀ ਵਿਰਸਾ ਆ ਮੁੰਡੇ ਦਾ, ਪਰ ਉਹਦਾ ਨਾ ਵਿਰਸਾ ਪਰ ਭੁੱਲਿਆ ਨਹੀਂ ਜਾਂਦਾ। ਉਸ ਜਦੋਂ ਯਾਦ ਕਰ ਲਈ ਜਾ ਵਿਰਸਾ, ਉਸ ਟਾਈਮ ਫਿਰ ਪੰਜਾਬ ਦਾ ਪਹਿਲਾ ਵਿਰਸਾ ਸਾਨੂੰ ਚੇਤੇ ਆਉਂਦਾ। ਕੱਲੀ ਕੱਲੀ ਗੱਲ ਸੁਣਾ ਜੀ। ਹੁਣ ਨਾਰੀਆਂ ਨੇ ਫੱਟੀਆਂ ਤੇ ਨਾਰੀਆਂ ਨੇ ਦਵਾਤਾਂ, ਕਿਹੜਾ ਕੋਠੇ ਚੜ ਕੇ ਪਾਉਂਦਾ ਵੋ ਇਹ ਅੱਜ ਕੱਲ ਮਿੱਤਰੋ ਬਾਤਾਂ। ਹੁਣ ਨਾਰੀਆਂ ਨੇ ਫੱਟੀਆਂ ਤੇ ਨਾਰੀਆਂ ਨੇ ਦਵਾਤਾਂ, ਕਿਹੜਾ ਕੋਠੇ ਚੜ ਕੇ ਪਾਉਂਦਾ ਵੋ ਇਹ ਅੱਜ ਕੱਲ ਸਜਣੋ ਬਾਤਾਂ। ਉਹ ਕਿਹੜਾ ਹੁਣ ਕਾਨੇ ਦੀ ਕੋਈ ਕਲਮ ਬਣਾਉਂਦਾ ਆ, ਉਹ ਡੰਡੇ ਦੇ ਨਾਲ ਦੱਸ ਭਾਵੇਂ ਕਿਹੜਾ ਟਾਇਰ ਭਜਾਉਂਦਾ ਆ, ਡੰਡੇ ਦੇ ਨਾਲ ਦੱਸ ਮਿੱਤਰਾ ਕਿਹੜਾ ਟਾਇਰ ਭਜਾਉਂਦਾ ਆ। ਗੱਲ ਲੱਕੜ ਦੀ ਮਧਾਣੀ ਦੀ ਆ ਗਈ ਹੈ ਜੀ। ਕੱਲੀ ਕੱਲੀ ਗੱਲ ਸੁਣ, ਨਾ ਰੱਸੀ ਵਾਲਾ ਲਾਟੂ, ਹੁਣ ਨਾ ਰੱਸੀ ਵਾਲਾ ਲਾਟੂ ਤੇ ਨਾ ਰਹੀ ਮਧਾਣੀ ਬਈ, ਖਾ ਗਈ ਪੰਜਾਬੀ ਨੂੰ ਅੰਗਰੇਜ਼ੀ ਮਰ ਜਾਣੀ ਬਈ। ਉਹ ਨਾ ਰੱਸੀ ਵਾਲਾ ਲਾਟੂ ਤੇ ਨਾ ਰਹੀ ਮਧਾਣੀ ਬਈ, ਖਾ ਗਈ ਪੰਜਾਬੀ ਨੂੰ ਅੰਗਰੇਜ਼ੀ ਮਰ ਜਾਣੀ ਬਈ। ਉਹ ਸਾਨੂੰ ਅੱਜ ਵੀ ਊੜਾ ਐੜਾ ਚੇਤੇ ਆਉਂਦਾ ਆ, ਉਹ ਡੰਡੇ ਦੇ ਨਾਲ ਦੱਸ ਭਾਵੇਂ ਕਿਹੜਾ ਟਾਇਰ ਭਜਾਉਂਦਾ ਆ, ਓਏ ਰੱਸੀ ਵਾਲਾ ਲਾਟੂ ਮਿੱਤਰਾ ਕੌਣ ਘਮਾਉਂਦਾ ਆ। ਉਹ ਨਾ ਰਹਿ ਗਏ ਸਕੂਲ ਤੇ ਨਾ ਰਹੀਆਂ ਪੜ੍ਹਾਈਆਂ ਬਈ, ਅੱਜ ਕੱਲ ਗੱਭਰੂ ਵੇਖੋ ਲੈਂਦੇ ਮੁੱਲ ਲੜਾਈਆਂ ਬਈ। ਉਹ ਨਾ ਰਹਿ ਗਏ ਸਕੂਲ ਤੇ ਨਾ ਰਹੀਆਂ ਪੜ੍ਹਾਈਆਂ ਬਈ, ਅੱਜ ਕੱਲ ਗੱਭਰੂ ਵੇਖੋ ਲੈਂਦੇ ਮੁੱਲ ਲੜਾਈਆਂ ਬਈ। ਓਏ ਅਸਲਾਂ ਵਾਲਾ ਸਾਨੂੰ ਅੱਜ ਸਕੂਲ ਤਾਂ ਚੇਤੇ ਆਉਂਦਾ ਆ, ਉਹ ਡੰਡੇ ਦੇ ਨਾਲ ਦੱਸ ਭਾਵੇਂ ਕਿਹੜਾ ਟਾਇਰ ਭਜਾਉਂਦਾ ਆ, ਡੰਡੇ ਦੇ ਨਾਲ ਦੱਸ ਮਿੱਤਰਾ ਕਿਹੜਾ ਟਾਇਰ ਭਜਾਉਂਦਾ ਆ।